सुदेर सूरी कतल मामले दे विच गिरफ्तार संदीप सनी नू आज अमृतसर पुलिस ने अदालत विच पेश कीता, जिस तों बाद अदालत ने संदीप नू जेल विच भेज दिता है। दस दईए कि संदीप सनी दा अज दो दिना पुलिस रिमांड खत्म होया सी, जिस तों बाद सुरक्षा दे मद्देनजर पुलिस ने चुपचाप संदीप सनी दी 9 बजे अदालत विच पेशी कराई, जिस तों बाद अदालत ने संदीप नू 14 दिन दी न्यायिक हिरासत विच भेज दिता है। संदीप सनी जिसने कि 4 नवंबर नू शरेआम शिवसेना टकसाली दे लीडर सुधीर सूरी नू गोलियां दे नाल भुन दिता सी। जदों संदीप ने इस वारदात नू अंजाम दिता उस समय सुधीर सूरी अमृतसर दे गोपाल मंदिर नजदीक धरना प्रदर्शन कर रहे सी। वारदात नू अंजाम देण तों बाद संदीप ने भज्जण दी कोशिश की, लेकिन लोगों ने मौके ते दबोच के संदीप नू पुलिस दे हवाले कर दिता सी। इस मामले दे विच हर अपडेट दे लई तुसीं जुड़े रहो बीपी सांझे दे नाल। अज संदीप सिंह जिहड़ा वो पेश किया हो, जिहदे विच प्रोसीक्यूशन दी जिहड़ी आ ओह रिक्वेस्ट हैगी अगले 2 दिन वास्ते होर पुलिस रिमांड, जिहदे वास्ते उन्हां दी ग्राउंड यह सी कि जिहड़ा इहदे मोबाइल फोन दे विचों जिहड़ी आ 1,44,910 पेज जिहड़े आ ओह उन्हां दा डाटा जिहड़ा ओह मिलिया, जिहनूं उस डाटे नूं कंप्लीट उहदा एनालिसिस करन वास्ते इहदे कोलों पुछगिछ करन वास्ते जां ਇਹ ਕਿਸ ਚੀਜ਼ ਨਾਲ ਸੰਬੰਧਿਤ ਡਾਟਾ ਉਹਦੇ ਵਾਸਤੇ ਸਾਨੂੰ 2 ਦਿਨ ਦਾ ਹੋਰ ਪੁਲਿਸ ਰਿਮਾਂਡ ਚਾਹੀਦਾ। ਉਹਦੇ ਵਿੱਚ ਪ੍ਰੋਸੀਕਿਊਸ਼ਨ ਨੇ ਸਬਮਿਸ਼ਨ ਆਪਣੀ ਇਹ ਕੀਤੀ, ਸਾਡੀ ਸਬਮਿਸ਼ਨ ਇਹ ਸੀ ਪਿਛਲੇ ਲਗਭਗ 12 ਦਿਨ ਤੋਂ ਇਸੇ ਗੱਲ ਦੇ ਉੱਤੇ, ਕਿਉਂਕਿ ਪਹਿਲੇ ਦਿਨ ਇਹਦਾ ਆਪਣਾ ਇਹਦਾ ਪਿਸਟਲ ਉਹਨਾਂ ਬਰਾਮਦ ਕਰ ਲਿਆ ਜੀ, ਪਹਿਲੇ ਦਿਨ ਹੀ ਪਿਸਟਲ ਦਾ ਜਿਹੜਾ ਲਾਇਸੈਂਸ ਬਰਾਮਦ ਕਰ ਲਿਆ, ਪਹਿਲੇ ਦਿਨ ਹੀ ਜਿਹੜੀ ਆ ਇਹਦੀ ਕਾਰ ਬਰਾਮਦ ਕਰ ਲਈ, ਉਹਦੇ ਵਿੱਚੋਂ ਮਿਲਿਆ ਮਟੀਰੀਅਲ ਬਰਾਮਦ ਕਰ ਲਿਆ, ਅਤੇ ਉਹਦੇ ਤੋਂ ਬਾਅਦ ਇਹ ਜਿਹੜੀ ਆ 12 ਦਿਨ ਦੇ ਵਿੱਚ ਪੁਲਿਸ ਦੀ ਸਿਰਫ ਅਤੇ ਸਿਰਫ ਇੱਕੋ ਸਬਮਿਸ਼ਨ ਰਹੀ ਜੀ, ਅਸੀਂ ਇਹਦੇ ਫੋਨ ਦੇ ਉੱਤੋਂ ਜਿਹੜੀ ਆ ਉਹ ਫੋਨ 'ਚੋਂ ਰਿਕਾਰਡ ਲੈਣਾ, ਫੋਨ 'ਚੋਂ ਰਿਕਾਰਡ ਲਿਆ ਉਹਦੀ ਅਸੀਂ ਐਨਾਲਿਸਿਸ ਕਰਨਾ, ਐਨਾਲਿਸਿਸ ਕੀਤਾ ਜੀ, ਹੁਣ ਜਿਹੜਾ ਇਹ ਅਸੀਂ ਆਪਣੀ ਆਈ ਜੀ ਬਾਰਡਰ ਰੇਂਜ ਦੇ ਜਿਹੜਾ ਕਰ ਲਿਆ ਉਹਨਾਂ ਦੇ ਜਿਹੜਾ ਡਿਜੀਟਲ ਲੈਬ ਹੈ ਉਹਦੇ ਵਿੱਚੋਂ ਜਿਹੜਾ ਇਹਦਾ ਸਾਨੂੰ ਡਾਟਾ ਜਿਹੜਾ ਉਹਦੀ ਸੀਲਬੰਦ ਰਿਪੋਰਟ ਬਰਾਮਦ ਹੋਈ ਆ ਜੀ। ਉਹ ਤੋਂ ਬਾਅਦ ਹੁਣ ਅੱਜ ਉਹਨਾਂ ਦੀ ਇਹਦੀ ਹਾਰਡ ਡਿਸਕ ਦੇ ਵਿੱਚੋਂ 1,44,910 ਪੇਜ ਜਿਹੜੇ ਉਹ ਰਿਕਵਰ ਹੋਏ ਨੇ, ਉਹਨਾਂ ਸਾਰਿਆਂ ਦਾ ਅਸੀਂ ਜਿਹੜੀ ਆ ਉਹ ਪੁੱਛਗਿੱਛ ਕਰਨੀ ਆ। ਨਹੀਂ, ਪੁਲਿਸ ਨੇ ਤਾਂ ਡਿਮਾਂਡ ਕੀਤੀ ਰਿਮਾਂਡ ਦੀ, ਬਟ ਜੱਜ ਸਾਹਿਬ ਨੇ ਸਾਡੀ ਦਲੀਲ ਸੁਣਨ ਤੋਂ ਬਾਅਦ ਉਹਦਾ ਜਿਹੜਾ ਉਹਨੂੰ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ, ਫਰਦਰ ਰਿਮਾਂਡ ਨਹੀਂ ਮਿਲਿਆ। ਹੁਣ ਉਹਦੀ 1-12 ਵਾਸਤੇ ਉਹਨੂੰ ਦੁਬਾਰਾ ਜਿਹੜਾ ਉਹ ਅਦਾਲਤ ਵਿੱਚ ਪੇਸ਼ ਕੀਤਾ 14 ਦਿਨ ਵਾਸਤੇ। ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਕੁਝ ਵਾਰ ਜਿਹੜਾ ਉਹ ਵੀਡੀਓ ਕਾਨਫਰੰਸ ਦੁਆਰਾ ਵੀ ਜਿਹੜੀ ਆ ਉਹ ਪੇਸ਼ੀ ਲੱਗ ਜਾਂਦੇ ਹੋ ਜਾਂਦੀ ਆ, ਬਟ ਇਹ ਅਦਾਲਤ ਅਤੇ ਜੇਲ੍ਹ ਐਡਮਿਨਿਸਟ੍ਰੇਸ਼ਨ ਦਾ ਵੀ ਉਹਨਾਂ ਨੇ ਕਿਵੇਂ ਕਰਨਾ। ਪਰਿਵਾਰ ਨੂੰ ਲੈ ਕੇ ਗੱਲ ਹੋਈ, ਕਹਿੰਦੇ ਪਰਿਵਾਰ ਦਾ ਧਿਆਨ ਰੱਖਿਓ, ਬੱਚੇ ਦਾ ਧਿਆਨ ਰੱਖਿਓ, ਬਸ ਇਹੀ ਉਹ ਖਾਸ ਗੱਲ ਨਹੀਂ ਹੋਈ, ਬਸ ਇਹ ਚੀਜ਼ਾਂ 2 ਦਿਨ ਗੱਲਾਂ ਹੀ ਬਸ। ਨਹੀਂ, ਇਸ ਬਸ ਰਾਜੀ ਖੁਸ਼ੀ ਹੋਈ ਹੈ। ਉਹਨਾਂ ਬਾਰੇ ਸਾਨੂੰ ਕੁਛ ਨਹੀਂ ਪਤਾ, ਇਹ ਤੁਹਾਨੂੰ ਪ੍ਰਸ਼ਾਸਨ ਜਾਂ ਮਤਲਬ ਕਿ ਜਿਹੜੇ ਵਕੀਲ ਸਾਹਿਬਾਨ ਤੁਹਾਨੂੰ ਉਹ ਸਾਰਾ ਕੁਝ ਦੱਸ ਪਾਣਗੇ ਇਹਦੇ ਬਾਰੇ, ਤੇ ਸਾਨੂੰ ਉਹਦੇ ਬਾਰੇ ਕੁਛ ਨਹੀਂ ਪਤਾ ਜੀ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।